ਹਾਂਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਤਾਂ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। 433 ਸਾਂਭੀ ਤੇ ਪੰਜਾਬ ਜਿਹੜੀ ਭਰਤੀ ਚੱਲ ਰਹੀ ਹੈ, ਸੋ ਆਖਰੀ ਮਿਤੀ ਇਹਦੀ ਨਜ਼ਦੀਕ ਹੈ। ਤਾਂ ਜਿਨ੍ਹਾਂ ਉਮੀਦਵਾਰਾਂ ਨੂੰ ਇਸ ਬਾਰੇ ਨਹੀਂ ਪਤਾ ਜਾਂ ਅਪਲਾਈ ਕਰਨਾ ਚਾਹੁੰਦੇ ਆ, ਤਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਡੇਲੀ ਤੁਹਾਨੂੰ ਇਸੇ ਤਰ੍ਹਾਂ ਅਪਡੇਟਸ ਮਿਲਦੀ ਰਹੇ। ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਹੈ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ। ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ। ਤਾਂ ਇਹ ਭਰਤੀ ਹੈ ਜੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ, ਜਿਹਨੂੰ ਆਪਾਂ PSPCL ਕਹਿੰਦੇ ਹਾਂ। ਤਾਂ ਇਹਦੇ ਵਿੱਚ ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ ਅਤੇ ਮਕੈਨਿਕ ਦੀਆਂ ਖਾਲੀ ਅਸਾਮੀਆਂ ਤੇ ਅਰਜ਼ੀ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ, ਸੋ ਜੋ ਵੀ ਉਮੀਦਵਾਰ ਇਹਨਾਂ ਵੈਕੈਂਸੀਆਂ ਲਈ ਅਪਲਾਈ ਕਰਨਾ ਚਾਹੁੰਦੇ ਹੈ ਤਾਂ ਉਹ ਅਪਲਾਈ ਹੈ ਜਿਹੜਾ ਕਰ ਸਕਦੇ ਹੈ। ਤਾਂ ਇਹਦੀ ਵੈਬਸਾਈਟ ਜ਼ਰੂਰ ਨੋਟ ਕਰ ਲਿਓ, PSPCL.in। ਇਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ ਇਸ ਡਿਪਾਰਟਮੈਂਟ ਦੀ। ਇਸ ਭਰਤੀ ਲਈ ਅਰਜ਼ੀ ਫੀਸ ਦੀ ਗੱਲ ਕਰੀਏ ਤਾਂ ਜਨਰਲ OBC ਅਤੇ EWS ਵਰਗ ਦੇ ਜਿਹੜੇ ਉਮੀਦਵਾਰ ਨੇ ਤਾਂ ਉਹਨਾਂ ਨੂੰ GST ਸਮੇਤ ਫੀਸ ਹੈ ਜਿਹਦੀ 1416 ਰੁਪਏ ਦੇਣੀ ਹੋਊਗੀ। ਜਦਕਿ SC ST ਅਤੇ PWD ਸ਼੍ਰੇਣੀ ਦੇ ਉਮੀਦਵਾਰ ਨੇ ਤਾਂ ਉਹਨਾਂ ਨੂੰ GST ਫੀਸ ਸਮੇਤ 855 ਰੁਪਏ ਫੀਸ ਹੈ ਜਿਹੜੀ ਭਰਨੀ ਪੈਣੀ ਹੈ। ਤਾਂ ਕੁੱਲ 433 ਅਸਾਮੀਆਂ ਨੇ, ਜਿਹਦੇ ਵਿੱਚੋਂ 408 ਅਸਾਮੀਆਂ ਸਹਾਇਕ ਸਬ ਸਟੇਸ਼ਨ ਅਟੈਂਡੈਂਟ ਦੀਆਂ ਨੇ ਅਤੇ 25 ਅਸਾਮੀਆਂ ਮਕੈਨਿਕ ਲਈ ਨੇ। ਤਾਂ ਇਸ ਭਰਤੀ ਦੀ ਜਿਹੜੀ ਅਪਲਾਈ ਕਰਨ ਦੀ ਆਖਰੀ ਮਿਤੀ ਆ ਉਹ 26 ਮਾਰਚ ਹੈ, ਇਸੇ ਮਹੀਨੇ ਦੀ 26 ਤਰੀਕ ਹੈ। ਸੋ ਇਸ ਤੋਂ ਪਹਿਲਾਂ ਤੁਸੀਂ ਇਹਨਾਂ ਵੈਕੈਂਸੀ ਲਈ ਜੋ ਵੀ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹੈ ਅਪਲਾਈ ਕਰ ਸਕਦੇ ਹੈ। ਤਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ।